ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬ ਦੇ ਵਿੱਚ ਬਸੰਤ ਅਤੇ ਲੋਹੜੀ ਅਜਿਹੇ ਦੋ ਤਿਉਹਾਰ ਹਨ ਜਿਸ ਦਿਨ ਪਤੰਗਬਾਜ਼ੀ ਵੀ ਕਾਫੀ ਸ਼ੌਂਕ ਦੇ ਨਾਲ ਕੀਤੀ ਜਾਂਦੀ ਹੈ। ਪਰ ਜਿਵੇਂ ਜਿਵੇਂ ਸਮਾਂ ਬਦਲਿਆ ਉਵੇਂ ਉਵੇਂ ਇਸ ਤਿਉਹਾਰ ਦੇ ਉੱਪਰ ਟੈਕਨੋਲੋਜੀ ਦੀ ਭਾਰੀ ਮਾਰ ਪਈ ਹੈ, ਕਿਉਂਕਿ ਦੱਸ ਦਈਏ ਕਿ ਚਾਈਨਾ ਡੋਰ ਦੇ ਨਾਲ ਜਿੱਥੇ ਲੋਕ ਆਪਣੇ ਸ਼ੌਂਕ ਪੂਰੇ ਕਰਨ ਅਤੇ ਦੂਜੇ ਦੇ ਪਤੰਗ ਕੱਟ ਕੇ ਆਪਣੀ ਵਾਹ ਵਾਹ ਖੱਟਣ ਦੇ ਵਿੱਚ ਇਹ ਵੀ ਨਹੀਂ ਸੋਚਦੇ ਕਿ ਉਸ ਦੇ ਨਾਲ ਦੂਜਿਆਂ ਦਾ ਕਿੰਨਾ ਵੱਡਾ ਨੁਕਸਾਨ ਹੁੰਦਾ ਹੈ, ਕਿੰਨੇ ਲੋਕ ਭੈੜੀ ਤਰ੍ਹਾਂ ਜ਼ਖਮੀ ਹੁੰਦੇ ਹਨ। ਉਸ ਦੀਆਂ ਨਿੱਤ ਤੁਸੀਂ ਵੀਡੀਓ ਸੋਸ਼ਲ ਮੀਡੀਆ 'ਤੇ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਦੇਖਦੇ ਹੀ ਹੋ, ਜਿਸ ਦੇ ਨਾਲ ਕਈਆਂ ਦੀ ਜ਼ਿੰਦਗੀ ਵੀ ਚਲੀ ਜਾਂਦੀ ਹੈ। ਪਰ ਫਿਰ ਵੀ ਲੋਕ ਆਪਣੀ ਫੋਕੀ ਵਾਹ ਵਾਹ ਦੇ ਚੱਕਰ ਦੇ ਵਿੱਚ ਚਾਈਨਾ ਡੋਰ ਯੂਜ਼ ਕਰਨ ਤੋਂ ਬਾਜ਼ ਨਹੀਂ ਆਉਂਦੇ। ਸਰਕਾਰਾਂ ਵੱਲੋਂ ਵੀ ਇਸ ਡੋਰ ਨੂੰ ਬੈਨ ਕੀਤਾ ਗਿਆ, ਫਿਰ ਵੀ ਕੁਝ ਲੋਕ ਆਪਣੇ ਨਿੱਜੀ ਮੁਨਾਫੇ ਦੇ ਲਈ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਦੇ ਨੇ। ਪਰ ਇਸ ਪਤੰਗਬਾਜ਼ੀ ਦਾ ਇੱਕ ਹੋਰ ਵੱਡਾ ਨੁਕਸਾਨ ਹੋਇਆ, ਜੋ ਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਪੂਰੀ ਲਾਈਵ ਵੀਡੀਓ ਸ਼ੇਅਰ ਕਰਾਂਗੇ। ਇਸ ਤੋਂ ਪਹਿਲਾਂ ਕਿ ਤੁਹਾਡੇ ਨਾਲ ਫੁੱਲ ਵੀਡੀਓ ਸ਼ੇਅਰ ਕਰੀਏ, ਦੱਸ ਦਿੰਦੇ ਹਾਂ ਕਿ ਇੱਕ ਜਗ੍ਹਾ 'ਤੇ ਪਤੰਗਬਾਜ਼ੀ ਦਾ ਮੁਕਾਬਲਾ ਹੋ ਰਿਹਾ ਸੀ ਅਤੇ ਇੱਕ ਅਨੋਖੀ ਤਰ੍ਹਾਂ ਦਾ ਪਤੰਗ ਇਸ ਪਤੰਗਬਾਜ਼ੀ ਮੁਕਾਬਲੇ ਦੇ ਵਿੱਚ ਚੜਾਇਆ ਜਾਣਾ ਸੀ। ਅਤੇ ਜਦੋਂ ਇਸ ਪਤੰਗ ਨੂੰ ਅਸਮਾਨ ਦੇ ਵਿੱਚ ਛੱਡਿਆ ਗਿਆ ਤਾਂ ਇਸ ਪਤੰਗ ਦੀ ਪੂਛ ਫੜ ਕੇ ਖੜ੍ਹੇ ਕਹਿ ਸਕਦੇ ਹਾਂ ਇੱਕ ਬੱਚੇ ਨੂੰ ਵੀ ਉਸ ਪਤੰਗ ਦੇ ਚੜ੍ਹਾਉਣ ਦਾ ਪਤਾ ਨਹੀਂ ਲੱਗਿਆ ਅਤੇ ਉਸ ਦੇ ਪਤੰਗ ਦੇ ਨਾਲ ਲਿਪਟ ਕੇ ਇਹ ਬੱਚਾ ਵੀ ਅਸਮਾਨ ਦੇ ਵਿੱਚ ਚਲਿਆ ਗਿਆ, ਜਿਸ ਦੇ ਨੀਚੇ ਤਾਰਨ ਦੇ ਵਿੱਚ ਕਾਫੀ ਜ਼ਿਆਦਾ ਜੱਦੋ ਜਹਿਦ ਕੀਤੀ ਗਈ। ਅਤੇ ਇਹ ਵੀ ਖਬਰ ਪਤਾ ਲੱਗੀ ਹੈ ਕਿ ਇਸ ਬੱਚੇ ਦੇ ਕੁਝ ਸੱਟਾਂ ਵੀ ਲੱਗੀਆਂ, ਪਰ ਫਿਰ ਵੀ ਇਸ ਨੂੰ ਗਨੀਮਤ ਇਹ ਰਹੀ ਕਿ ਸੌਖੀ ਤਰ੍ਹਾਂ ਉਤਾਰ ਲਿਆ ਗਿਆ। ਆਓ ਦੇਖੋ ਹੁਣ ਇਹ ਫੁੱਲ ਵੀਡੀਓ।怎么办？